ਕਿਸੇ ਪਲੇਅਰ ਦੀ ਜਾਂ ਕੋਈ ਇੰਟਰਵਿਊ ਤੇ ਉਹ ਮੈਨੂੰ ਦੱਸਿਓ ਭਰਾਵਾ ਆਪਾਂ ਕਰਾਂਗੇ ਇਲਾਜ ਇਹਦਾ ਫਿਰ ਜਿਹੜਾ ਵੀ ਹੋਇਆ ਹਾਂਜੀ ਉਹ ਕਮੈਂਟਾਂ ਹੀ ਦੱਸ ਦਿਓ ਸਾਨੂੰ ਨਾ ਭਈਆ ਕੈਮਰਾ ਆਨ ਹੋ ਗਿਆ ਮਿੱਠੂ ਠੀਕ ਆ ਤੇ ਆ ਭਰਾ ਆ ਬੋਲਣ ਡਿਆ ਮੈਂ ਵਿੱਚ ਭਰਾ ਆਇਆ ਤੂੰ ਆਪਣਾ ਚੰਨੀਆਂ ਤਲਾਵਾਂ ਦੇ ਵਿੱਚ ਮਿੱਠੂ ਘੁੰਮਣ ਆਪਣਾ ਭਰਾ ਜੀ ਸਤਾਰ ਨਾਲ ਪਿਆਰ ਦੇਖ ਲਓ ਬਾਕੀ ਗੱਲਾਂ ਛੱਡੋ ਸਤਾਰ ਨਾਲ ਪਿਆਰ ਦੇਖੋ ਵੀ ਉਹਨਾਂ ਨੇ ਵੀ ਮੋਟਰਸਾਈਕਲ ਤੇ ਤੁਰੇ ਯਾਰ ਨਾਲ ਤੁਸੀਂ ਬਹਿ ਜਾਓ ਤੁਸੀਂ ਜਾ ਨਿਕਲ ਜਾਓ ਕੋਈ ਨਹੀਂ ਲੈ ਬਲਾਲ ਮੋਸਾ ਢਿੱਲੂ ਨੂੰ ਪਾਕਿਸਤਾਨ ਦੇ ਢਿੱਲੂ ਦਾ ਵੀ ਕਿੱਟਾ ਚੱਕਣ ਲੱਗਾ ਸੀ ਉਹਦਾ ਪੂਰਾ ਹੱਥ ਚਾਹ ਨਿਕਲਿਆ ਸੀ ਚਲ ਕੋਈ ਨਹੀਂ ਕਰ ਕਿੱਦਾਂ ਭਾਜੀ ਹਾਂ ਕਿੱਦਾਂ ਭਾਜੀ ਠੀਕ ਹੋ ਭਾਜੀ ਕੋਈ ਹਾਲ ਨਹੀਂ ਤੁਹਾਡਾ ਮੇਰਾ ਉਹ ਕਿੱਦਾਂ ਤੁਸੀਂ ਮੈਨੂੰ ਦੱਸਿਆ ਕੱਲ ਮੈਚ ਤੇ ਗਏ ਮਾ ਅੱਛਾ ਨਹੀਂ ਤੁਸੀਂ ਕੱਲ ਵੀ ਮੈਚ ਤੇ ਗਏ ਪਰਸੋਂ ਵੀ ਤੁਸੀਂ ਹੈ ਨਹੀਂ ਤੇ ਮੇਰਾ ਕਸੂਰ ਦੱਸੋ ਕਿੱਥੇ ਆ ਤੁਹਾਡਾ ਕਸੂਰ ਦੱਸੋ ਦੱਸੋ ਕਿੱਥੇ ਕਸੂਰ ਆ ਭਾਈ ਬੁੱਲੇ ਦਾ ਪਰਸੋਂ ਮੈਂ ਆਇਆ ਮੈਂ ਇੱਥੇ ਵੀ ਆਇਆ ਗਰਾਊਂਡ 'ਚ ਆਇਆ ਫਿਰ ਮੈਂ ਘਰ ਗਿਆ ਫਿਰ ਰੰਧਾਵਾ ਬੈਠਾ ਸੀ ਅੱਜ ਮੈਂ ਜੰਬਲ ਬੂਟੇ ਵਾਂਗੂ ਟ੍ਰੇਨ ਕਰਾਂ ਕਿੱਦਾਂ ਕਰਦਾ ਮੈਂ ਟ੍ਰੇਨਿੰਗ ਟੋਪੀ ਲੈ ਕੇ ਸਿਰ ਤੇ ਚਲੋ ਬੰਦਾ ਕਰਦਾ ਆਜੋ ਵੀ ਬਣਾਉਣ ਚ ਪਰ ਨਹੀਂ ਉਹ ਗੱਲ ਔਖੀ ਬਣੀ ਪਈ ਹੈ ਤੁਸੀਂ ਦੱਸਦੇ ਨੀ ਸਾਨੂੰ ਲਿਫਟ ਨੀ ਕਰਾਉਂਦੇ ਜਾਂਦੇ ਕਿਤੇ ਠੀਕ ਆ ਕਾ ਹਾਥੀ ਸਨੇਹਾ ਘਲਾ ਦਿਆ ਕਰੋ ਕੰਮ ਤੇ ਕੰਮ ਅਸੀਂ ਨਾ ਪਹੁੰਚੇ ਤਾਂ ਫਿਰ ਗੱਲ ਸਾਰਾ ਫਰੀ ਨੂੰ ਪਤਾ ਲੱਗ ਰਿਹਾ ਟ੍ਰੇਨ ਕਿੱਥੇ ਕਰਨ ਲੰਗਣਾ ਗਾਂ ਹੀ ਲੰਘ ਜਾ ਕੋਈ ਉੱਪਰ ਚਾਲ ਤੋਂ ਆ ਮੁੰਡੇ ਬੈਠੇ ਆ ਇਹ ਟ੍ਰੇਨਿੰਗ ਨਹੀਂ ਕਰਦੇ ਤੁਸੀਂ ਨਹੀਂ ਟ੍ਰੇਨ ਕਰ ਰਹੇ ਜਨਾਬ ਸੱਟ ਲੱਗੀ ਮੁੰਡੇ ਤੁਸੀਂ ਸਰ ਅਸੀਂ ਕਿੱਥੇ ਲੱਗੀ ਸੱਟ ਮਿਲਣ ਲੈ ਮੇਰੇ ਮੋਢੇ ਲੱਗੀ ਤੇਰੇ ਤਾਂ ਮੋਢੇ ਤੇ ਚਲੋ ਲੱਗੀ ਤੇਰੇ ਮੋਢੇ ਤੇ ਲੱਗੀ ਨਹੀਂ ਕਿਤੇ ਨਹੀਂ ਲੱਗੀ ਬਾਕੀ ਆ ਦੋ ਬੰਦੇ ਦਾ ਕਬੱਡੀ ਨਾਲ ਦੂਰ ਦੂਰ ਤੱਕ ਕੋਈ ਤਾਂ ਲੱਗ ਰਹੀ ਸਿਰਫ ਉਸਤਾਦ ਨਾਲ ਲੱਗਾ ਅੱਛਾ ਭਾਜੀ ਆਪਾਂ ਸਲਾਹ ਇਹ ਕਰਨ ਦਿਆ ਸੀਗੇ ਇੰਟਰਵਿਊ ਵਗੈਰਾ ਦਾ ਹਨਾ ਚੈਨਲ ਦੇ ਉੱਤੇ ਤੇ ਹੁਣ ਤੁਸੀਂ ਇਹ ਆਵਾਮ ਕੋਲੋਂ ਪੁੱਛ ਲਓ ਵੀ ਜਿਹੜੇ ਬੰਦੇ 4 10 15 ਵੀ ਯਾਨੀ ਕਿ ਕਮੈਂਟ ਕਰਨਗੇ ਵੀ ਉਹਦਾ ਫਿਰ ਇੰਟਰਵਿਊ ਆਪਾਂ ਪਹਿਲੇ ਕਰਾਂਗੇ ਤੇ ਵਾਰੀ ਸਿਰ ਫਿਰ ਇਨਸ਼ਾਅੱਲਾ ਸਾਰਿਆਂ ਦੇ ਕਰਾਂਗੇ ਪੁੱਛੋ ਹਾਂ ਭਲਾ ਆਵਾਮ ਦਾ ਵੀ ਕਿਹਦਾ ਇੰਟਰਵਿਊ ਸੁਣਨਾ ਚਾਹੁੰਦੇ ਦੇਖਣਾ ਚਾਹੁੰਦੇ ਆ ਹਾਂ ਜਿਹੜੇ ਭਰਾ ਸੁਣਨਾ ਚਾਹੁੰਦੇ ਨੇ ਕਿਸੇ ਦੀਆਂ ਗੱਲਾਂ ਕਿਸੇ ਵੀ ਪਲੇਅਰ ਦੀਆਂ ਕੋਈ ਇੰਟਰਵਿਊ ਤੇ ਉਹ ਮੈਨੂੰ ਦੱਸਿਓ ਭਰਾਵਾ ਆਪਾਂ ਕਰਾਂਗੇ ਇਲਾਜ ਇਹਦਾ ਫਿਰ ਜਿਹੜਾ ਵੀ ਹੋਇਆ ਹਾਂਜੀ ਉਹ ਕਮੈਂਟਾਂ ਹੀ ਦੱਸ ਦਿਓ ਸਾਨੂੰ ਕਮੈਂਟਾਂ ਹੀ ਦੱਸੋ ਤੁਹਾਨੂੰ ਮਿਲਾਉਂਦੇ ਹਾਂ ਉਸ ਪਲੇਅਰ ਨਾਲ ਅਤੇ ਜਿਹਦੇ ਜੇ ਇਸ ਪਲੇਅਰ ਦੇ ਕਮੈਂਟ ਸਾਰਿਆਂ ਤੋਂ ਬਹੁਤੇ ਆਏ ਨਾ ਜਿਹਦੇ ਨਾਮ ਸਾਰਿਆਂ ਤੋਂ ਬਹੁਤੇ ਆਏ ਅਤੇ ਉਹਦਾ ਫਿਰ ਕਰਾਂਗੇ ਇੰਟਰਵਿਊ ਅਤੇ ਲੈਣ ਸਿਰ ਕੋਈ ਪੁਰਾਣਾ ਜਾਂ ਨਵਾਂ ਜਿਹੜਾ ਵੀ ਹੋਵੇ ਕਰਾਂਗੇ ਇਨਸ਼ਾਅੱਲਾ ਸਾਰਿਆਂ ਦੀਆਂ ਗੱਲਾਂ ਬਾਤਾਂ ਬਹਿ ਕਰਾਂਗੇ ਜਲਦੀਆਂ ਅੱਜ ਰੰਧਾਵਾ ਜਿੱਦਾਂ ਮਿਹਨਤ ਲੱਗਾ ਵਾ ਲੱਗਦਾ ਨੈਸ਼ਨਲ ਖੇਲੂਗਾ ਇਨਸ਼ਾਅੱਲਾ ਅਰਕੀ ਇਨਸ਼ਾਅੱਲਾ 2024 ਆਣੀ ਜਿਹੜੀ ਸਰਦੀਆਂ 'ਚ ਨਹੀਂ ਹੁੰਦੀ ਹੈਗੀ ਉਹ ਖੇਲੂਗਾ ਮਾਸ਼ਾਅੱਲਾ ਪੂਰੀ ਮਿਹਨਤ ਲਾ ਰਿਹਾ ਭਾਈ ਰੰਧਾਵਾ ਠੀਕ ਹੈ ਭਾਈ ਹੁਣ ਇਹਨਾਂ ਦੇ ਪੁੱਛਦੇ ਹੁੰਦੇ ਮਿਹਨਤ ਕਰਦਾ ਕਿ ਨਹੀਂ ਕਰਦਾ ਅਤੇ ਨਹੀਂ ਭਾਈ ਸਾਰਿਆਂ ਦੀ ਜੈਨੂਇਨ ਗੱਲ ਵੀ ਕਰਦਾ ਵਾ ਠੀਕ ਹੈ ਉਸਤਾਦ ਦੇ ਨਾਲ ਇਹ ਜਿੰਨੀ ਦੇਰ ਵੀਡੀਓ ਬੰਦ ਨਹੀਂ ਲਾਉਣੀ ਇਹ ਸੈੱਟ ਨਾ ਮੁੱਕੇ ਨਹੀਂ 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 ਲੈ ਯਾਰ ਇਹ 10 ਸਕਿੰਟ ਵੀ ਨਹੀਂ ਚੱਲੀ ਲੋਕਾਂ ਨੇ ਕਹਿਣਾ ਝੂਠ ਬੋਲਣ ਡਿਆ ਅੱਛਾ ਜੀ ਇੱਧਰ ਜੀ ਆਪਣਾ ਜੱਟ ਸਾਹਿਬ ਨਵਾਂ ਜੱਟ ਸਾਹਿਬ ਦੱਸ ਦਿਓ ਕਿਹੜੇ ਤਰੀਕ ਨੂੰ ਜੀ ਅਤੇ ਹੋਮਮ ਆ ਕੇ ਵੀ ਪਹੁੰਚਣ ਬਾਕੀ ਆਵਾਮ ਜਿਹੜੀ ਮਿਲਣਾ ਚਾਹੁੰਦੀ ਆ 8 ਤਰੀਕ ਨੂੰ ਆ ਜੀ 60 ਚੱਕ 'ਚ 360 ਜਾਣਾ ਲੱਖ ਰੁਪਈਆ ਪਹਿਲਾ ਨਾਮ 50,000 ਦੂਸਰਾ ਨਾਮ 70 ਕਿਲੋ ਵੇਟ ਹਰ ਟੀਮ ਨੂੰ ਇੱਕ ਪਤਾ ਨਹੀਂ ਦੋ ਓਪਨ ਪਾਉਣਾ ਇੱਕ ਪਤਾ ਨਹੀਂ ਇੱਕ ਕਨਫਰਮ ਗੱਲ ਇੱਕ ਕਨਫਰਮ ਨਹੀਂ ਅਜੇ ਪਤਾ ਇੱਕ ਪਾਉਣ ਹੋਣਾ ਇੱਕ ਓਪਨ ਪਾਉਣਾ ਤੇ ਸਾਡੇ ਹਰ ਦਿਲ ਅਜ਼ੀਜ਼ ਬੱਬਰ ਸ਼ੇਰ ਵੀਰਾ ਸਾਡੇ ਉਸਤਾਦੇ ਮੁਹਤਰਮ ਉਸਤਾਦ ਸ਼ਕੀਲ ਸਮਰਾਨ ਉਰਫ ਸ਼ਾਨਾ ਸਿਆਲ ਮਹਿਮਾਨ ਖਸੂਸੀ ਜਾ ਰਿਹਾ ਉੱਥੇ ਠੀਕ ਹੈ ਤੇ ਅਸੀਂ ਵੀ ਆ ਰਹੇ ਹਾਂ ਤੇ ਤੁਸੀਂ ਵੀ ਆਓ ਤੁਸੀਂ ਵੀ ਜਾ ਰਹੇ ਹਾਂ ਸਹੀ ਹੈ।
ਬਹੁਤ ਉਸ ਦਿਨ ਮੈਂ ਫੋਟੋ ਦੇਖੀ ਬੜੀ ਕੋਝੀ ਆਈ ਸੀ ਆ ਕਿਹੜੀ ਉਹ ਜਿਹੜਾ ਤੁਸੀਂ ਟ੍ਰੇਲਰ ਕੀ ਲਾਉਂਦੇ ਆ ਹਾਂਜੀ ਅੱਛਾ ਅੱਛਾ ਠੀਕ ਆ ਅਤੇ ਬਾਕੀ ਟ੍ਰੇਨਿੰਗ ਸੈਸ਼ਨ ਜਿਹੜਾ ਮੁੱਕ ਗਿਆ ਵਾ ਅਤੇ ਪੰਜ ਛੇ ਤਮਾਸ਼ਬੀਨ ਸੀਗੇ ਮਗਰ ਦੇਖਣ ਵਾਲੇ ਅਤੇ ਸਾਰ ਵੀ ਟ੍ਰੇਨਿੰਗ ਕਰ ਰਿਹਾ ਸੀ ਸਰਦਾਰ ਹੋਣਾ ਗੱਡੀ ਕੱਢ ਲਈ ਹੈ ਇਹ ਸਾਰੇ ਵੇਖਣ ਵਾਲੇ ਸੀਗੇ ਅਤੇ ਬਾਕੀ ਆਪਣੀਆਂ ਆਪਣੀਆਂ ਗੱਡੀਆਂ 'ਤੇ ਆਏ ਆ ਸਾਹ ਲੋੜੀ ਤੋੜ ਕੇ ਇਕੱਲੇ ਆਏ ਆ ਮਾਰੋ ਜੀ ਕੇ ਕਾਂ ਬਾਕੀ ਫੈਸਲਾ ਇਹ ਹੋਇਆ ਕਿ ਜਿਹੜੇ ਮੋਟਰਸਾਈਕਲ ਆ ਉਹ ਭੇਜ ਦਿੱਤੇ ਜਾਣ ਸਵਾਰ ਚੜ੍ਹਾ ਤੇ ਆ ਮੋਟਰਸਾਈਕਲ ਵਾਲੇ ਹਾਂ ਸਵਾਰ ਤਗੜੇ ਆ ਨਹੀਂ ਉਹ ਮਾੜੇ ਸੀਗੇ ਅਤੇ ਫੈਸਲਾ ਇਹ ਹੋਇਆ ਉਸਤਾਦ ਹੋਣਾਂ ਨੇ ਵੀ ਤੁਰ ਕੇ ਜਾਣਾ ਰਿਲੈਕਸ ਹੋ ਜਾਂਦਾ ਬੰਦਾ ਤੇਰਾ ਹਾਂਜੀ ਏਦਾਂ ਹੀ ਹੋਣੀ ਆ ਉੱਦਾਂ ਹੋਰ ਹੋਣੀ ਵੀ ਨਹੀਂ ਅਸੀਂ ਆਪ ਕਰਦੇ ਵੀ ਨਹੀਂ ਇਹ ਲੈ ਲੈਣਾ ਵਾ ਯਾਰ ਹੋਏ ਪੈ ਬਹਿ ਬਹਿ ਕੇ ਕਦੋਂ ਕਰਨੀ ਜਦੋਂ ਡਾਕਟਰ ਨੂੰ 5000 ਫੀਸ ਭਰੀ ਹਾਂਜੀ ਉਦੋਂ ਇਹ ਗੱਲ ਠੀਕ ਆ ਤੁਹਾਡੀ ਯਾਰ ਇਦਾਂ ਦੇ ਵਿਊ ਕਿੱਥੇ ਲੱਭਦੇ ਬਾਈ ਨਹਿਰ ਲੱਗੇ ਸਵਾਦ ਨਹੀਂ ਯਾਰ ਇਦਾਂ ਦੇ ਬੂਝੇ ਲੱਭਦੇ ਕਦੋਂ ਪਰ ਜਾਂਦੇ ਕੰਨ ਵਾਲੇ ਵੇਖ ਕੇ ਨਾ ਮਰੀ ਵਾਲੇ ਵੀ ਕਹਿੰਦੇ ਹੋਣੇ ਪਤਾ ਨਹੀਂ ਕਿਹੜੇ ਸ਼ਹਿਰ 'ਚ ਫਿਰਨ ਡਿਆ ਕਿਹੜੀ ਜਗ੍ਹਾ ਤੇ ਜਿਹੜੇ ਕਾਲੇ ਵੜਦੇ ਨਾ ਹਾਂ ਉਹਨਾਂ ਦੇ ਮੂੰਹ 'ਚੋਂ ਪਾਣੀ ਆਉਣ ਲੱਭਣਾ ਕੰਨੇ ਵੇਖ ਕੇ ਚਿਖਾ ਚੁਖਾ ਬਣਾਉਂਦੇ ਜਿਹੜੇ ਓਏ ਹਾਂ ਲੱਖਾਂ ਦਾ ਕਰੋੜਾਂ ਦਾ ਕਾਰੋਬਾਰ ਆ ਇੱਥੇ ਜਿਹਦਾ ਮਰਦੀ ਵੱਢਣ ਇੱਥੋਂ ਕਿੰਨਾ ਸਫ਼ਰ ਆਪਣਾ ਇੱਥੋਂ ਹੋਣਾ 4 ਕਿਲੋਮੀਟਰ 4 ਕਿਲੋਮੀਟਰ ਸਫ਼ਰ ਆ ਤੁਹਾਨੂੰ ਤਾਂ ਕੋਈ ਫ਼ਰਕ ਨਹੀਂ ਪੈਂਦਾ ਮਰਦੇ ਤਾਂ ਸਾਡੇ ਵਰਗੇ ਗਰੀਬ ਆ ਇੰਨਾ ਸਫ਼ਰ ਕਰਨ ਲੱਗਿਆ ਭਾਈ ਹੁਣੀ ਪਲੇਅਰ ਆ ਉਹ ਵੀ ਪਲੇਅਰ ਆ ਰੰਧਾਵਾ ਵੀ ਟ੍ਰੇਨਿੰਗ 'ਚ ਜਾ ਰਿਹਾ ਠੀਕ ਆ ਉਸਤਾਦ ਨਾਲ ਪਿਆਰ ਦੇਖ ਲਓ ਬਾਕੀ ਗੱਲਾਂ ਛੱਡੋ ਉਸਤਾਦ ਨਾਲ ਪਿਆਰ ਦੇਖੋ ਵੀ ਉਹਨਾਂ ਨੇ ਵੀ ਮੋਟਰਸਾਈਕਲ ਤੇ ਤੁਰੇ ਯਾਰ ਨਾਲ ਤੁਸੀਂ ਨਿਕਲ ਜਾਓ ਤੁਹਾਨੂੰ ਦੱਸੋ ਉਹਨਾਂ ਦਾ ਬੰਦਾ ਇੱਥੇ ਕੀ ਕਰੇ ਬੰਦਾ ਭਾਈ ਚੋਰੀ ਮੁਹੱਬਤਾਂ ਇਹਨਾਂ ਦੀਆਂ ਅੱਲਾ ਪਾ ਕੇ ਇਹਨਾਂ ਨੂੰ ਸਲਾਮਤ ਰੱਖੇ ਸਾਡੀਆਂ ਦੁਆਵਾਂ ਨੇ ਹਮੇਸ਼ਾ ਅੱਲਾ ਪਾ ਕੇ ਇਹਨਾਂ ਨੂੰ ਆਪਣੇ ਹਿਰਦੇ ਮਾਂ 'ਚ ਰੱਖੇ ਭਾਅ ਜੀ ਕਦੀ ਕਦੀ ਯੂਟਿਊਬ ਵਾਲੇ ਵੀ ਇੰਨੀਆਂ ਮੁਹੱਬਤਾਂ ਦਿਖਾਉਂਦੇ ਆ ਪਰ ਬਾਅਦ 'ਚ ਪਤਾ ਨਹੀਂ ਵਿੱਚ ਕੀ ਹੋ ਜਾਂਦਾ ਉਹ ਉਹਨਾਂ ਨੂੰ ਛੱਡੋ ਤੁਸੀਂ ਆਪਣਾ ਟਾਰਗੇਟ ਸਿੱਧਾ ਰੱਖੋ ਇਹ ਲਾਈਕ ਨਹੀਂ ਕਰਦੇ ਵੀਡੀਓ ਨਾ ਕਰਨੇ ਯਾਰ ਕੀ ਹੋਊਗਾ ਅਸੀਂ ਨਹੀਂ ਕਿਸੇ ਨੂੰ ਕਹਿਣਾ ਨਾ ਕੀ ਹੋਊਗਾ ਕੁਛ ਵੀ ਨਹੀਂ ਹੁੰਦਾ ਹੈਂ ਲੱਗੇ ਰਹੋ ਬਸ ਲੱਗੇ ਰਹੋ ਮਿਹਨਤ ਕਰਦੇ ਰਹੋ ਕਦੀ ਵੀ ਅੱਲਾ ਦੇ ਘਰ ਤੋਂ ਨਾਮ ਹੀ ਨਹੀਂ ਹੋਣਾ ਚਾਹੀਦਾ ਬੰਦੇ ਹਾਂਜੀ ਹੈਨਾ ਬਿਲਕੁਲ ਠੀਕ ਜਵਾਬ ਮਿਹਨਤ ਕਰਨ ਡਏ ਆ ਨਹੀਂ ਹੁੰਦੇ ਜੱਫੇ ਮਾਰ ਲਈਦੇ ਕਿਤੇ ਨਹੀਂ ਹੁੰਦੇ ਤੇ ਕੋਈ ਗੱਲ ਨਹੀਂ ਤੁਸੀਂ ਆਪਣਾ ਜਿਹੜਾ ਵਰਕ ਆ ਜਾਰੀ ਰੱਖੋ ਮਿਹਨਤ ਕਰਦੇ ਰਹੋ ਲੱਗੇ ਰਹੋ ਬਸ ਉਹੀ ਗੱਲ ਫਿਰ ਆ ਜਾਂਦੀ ਆ ਕਿ ਜਿਹਦੀ ਕਈਆਂ ਨੂੰ ਘਰੋਂ ਨਿਕਲਦੇ ਮੰਜ਼ਿਲ ਲੱਭ ਜਾਂਦੀ ਆ ਕਈਆਂ ਨੂੰ ਸਫ਼ਰ ਕਰਨਾ ਪੈਂਦਾ ਭਾਈ ਕਿ ਅਸੀਂ ਸਫ਼ਰ 'ਚ ਹੀ ਹਾਂ ਮਿਹਨਤ ਤੋਂ ਬਾਅਦ ਵੀ ਰਹਿਣਾ ਹੀ ਇਨਸ਼ਾਅੱਲਾ ਇੱਦਾਂ ਹੀ ਅੱਲਾ ਪਾਕ ਇੱਦਾਂ ਹੀ ਰੱਖੇ ਜਾ ਰਹੇ ਵੀ ਤੰਦਰੁਸਤੀ ਵੀ 1000 ਨੇ ਮਤਲਬ ਭਾਈ ਮਾਸ਼ਾਅੱਲਾ ਹੈ ਕਿ ਨਹੀਂ ਬਿਲਕੁਲ ਕਸਮੇ ਅੱਲਾ ਦੀ ਬਸ ਭਾਅ ਜੀ ਅੱਲਾ ਪਾਕ ਸਾਰਿਆਂ ਨੂੰ ਸਿਹਤ ਤੰਦਰੁਸਤੀ ਦੇਵੇ ਅੱਲਾ ਪਾਕ ਸਾਰਿਆਂ ਦੇ ਮਾਂ ਪਿਓ ਨੂੰ ਸਲਾਮਤ ਰੱਖੇ ਵਾਲਦ ਸਾਹਿਬ ਵੀ ਬਿਮਾਰ ਆ ਮੇਰੇ ਨਾ ਉਹਨਾਂ ਵੱਲ ਦੇਖੀਦਾ ਵਾ ਅਤੇ ਫਿਰ ਦੁਨੀਆਂ ਦਾ ਵੀ ਸੋਚੀਦਾ ਵੀ ਯਾਰ ਬੜੀ ਬੜੀ ਦੁਨੀਆਂ ਬਿਮਾਰ ਪਈ ਆ ਬਾਈ ਉਦੋਂ ਬੰਦੇ ਨੂੰ ਬੰਦਾ ਪੁੱਛੇ ਨਾ ਵੀ ਕੀ ਹਾਲ ਆ ਤੋ ਸਿੱਧੀਆਂ ਨਿਗਾਹ ਰੱਬ ਵਾਲੀ ਕਰਦਾ ਵੀ ਅੱਲਾ ਹੀ ਆ ਯਾਰ ਹੈਨਾ ਬਿਲਕੁਲ ਉੱਥੇ ਪੜ੍ਹਾਈਆਂ ਲਿਖਾਈਆਂ ਦੌੜ ਭੱਜ ਲਾਲਚ ਬੇਈਮਾਨੀਆਂ ਮੁੱਕ ਜਾਂਦੀ ਹਰ ਸ਼ਾਇਦ ਉੱਥੇ ਫਿਰ ਰੱਬ ਯਾਦ ਆਉਂਦਾ ਬੰਦੇ ਨੂੰ ਅਤੇ ਮਾਂ ਪਿਓ ਦੇ ਸਦਕੇ ਰੱਬ ਦੇਣ ਡਿਆ ਭਾਅ ਜੀ ਜਿੰਨੇ ਜੋਗੇ ਹੈਗੇ ਉਹਨਾਂ ਦੀ ਸੇਵਾ ਕਰਦੇ ਹਾਂ ਅਤੇ ਮੈਂ ਤਾਂ ਸਾਰਿਆਂ ਨੂੰ ਭਰਾਵਾਂ ਨੂੰ ਵੀ ਇਹ ਗੱਲ ਗੁਜ਼ਾਰਿਸ਼ ਹੀ ਆ ਅਪੀਲ ਹੀ ਆ ਕਿ ਸਾਰੇ ਭਰਾ ਆਪਣੇ ਮਾਂ ਪਿਓ ਦੀ ਵੱਧ ਤੋਂ ਵੱਧ ਸੇਵਾ ਕਰੋ ਜਿੰਨੀ ਹੁੰਦੀ ਆ ਇਹ ਬੜੀ ਛੇਤੀ ਸਫ਼ਰ ਮੁੱਕ ਜਾਂਦਾ ਇਹ ਜਦੋਂ ਸਫ਼ਰ ਮੁੱਕ ਜਾਂਦਾ ਨਾ ਫਿਰ ਬੰਦੇ ਨੂੰ ਬੜਾ ਲੰਮਾ ਸਫ਼ਰ ਦਿਖਦਾ ਅਗਲਾ ਫਿਰ ਰੌਣਕਾਂ ਮੁੱਕ ਜਾਂਦੀਆਂ ਆ ਫਿਰ ਜਿੱਦਾਂ ਨਹੀਂ ਉਹ ਇੱਕ ਬੇਰੌਣਕੀ ਜਿਹੀ ਹੋ ਜਾਂਦੀ ਆ ਬੇਸਕੂਨੀ ਜਿਹੀ ਹੋ ਜਾਂਦੀ ਆ ਬੰਦਾ ਫਿਕਰਮੰਦ ਹੋ ਜਾਂਦਾ ਆ ਵੀ ਹੁਣ ਕਿੱਧਰ ਨੂੰ ਜਾਵਾਂਗੇ ਯਾਰ ਸਹੀ ਜਦੋਂ ਮਾਂ ਪਿਓ ਸਿਰ 'ਤੇ ਹੋਵੇ ਫਿਰ ਕੋਈ ਫਿਕਰ ਨਹੀਂ ਹੁੰਦਾ ਭਾਈ
ਕਿਸੇ ਕਿਸਮ ਦਾ ਵੀ ਜਿੱਧਰ ਨੂੰ ਵੀ ਜਾਈਏ ਨਾ ਜ਼ਿਹਨ 'ਚ ਇਹੀ ਹੁੰਦਾ ਵੀ ਮਗਰ ਦੁਆਵਾਂ ਕਰਨ ਡੇ ਯਾਰ ਕੋਈ ਰੌਲਾ ਨਹੀਂ ਇਸ ਗੱਲ 'ਤੇ ਯਕੀਨ ਆ ਆਪਣਾ ਮਾਂ ਪਿਓ ਤੋਂ ਵੱਡਾ ਕੋਈ ਪੀਰ ਫਕੀਰ ਨਹੀਂ ਉਹ ਤਾਂ ਅੱਲਾ ਪਾਕ ਨੇ ਵੀ ਜਦੋਂ ਹਜ਼ਰਤ ਮੂਸਾ ਦੀ ਵਾਲਦਾ ਜਦੋਂ ਫੌਤ ਹੋਈ ਆ ਅਤੇ ਉਹਨਾਂ ਨੇ ਵੀ ਕਹਿਤਾ ਸੀ ਕਿ ਮੂਸਾ ਸੰਭਲ ਗਏ ਪਿੱਛੇ ਤੇਰੀ ਮਾਂ ਨਹੀਂ ਹੈਗੀ ਠੀਕ ਆ ਮਾਂ ਦਾ ਇੰਨਾ ਰੁਤਬਾ ਰੱਖਿਆ ਗਿਆ ਭਾਅ ਜੀ ਬਹੁਤ ਵੱਡਾ ਰਿਸ਼ਤਾ ਇਹ ਬਹੁਤ ਮੁਖਲਸ ਰਿਸ਼ਤਾ ਆ ਯਾਰ ਬਾਬਾ ਇਹ ਤਾਂ ਜਿੰਨੀਆਂ ਹੀ ਤਰੀਫਾਂ ਕਰ ਲਓ ਜਿੰਨੀਆਂ ਗੱਲਾਂ ਕਰ ਲਓ ਤਾਂ ਮੁੱਕਣ 'ਚ ਨਹੀਂ ਆਉਂਦੀਆਂ ਹੈਨਾ ਹਾਂਜੀ ਅਤੇ ਆਪਣਾ ਭਾਅ ਜੀ ਇਸ ਤੋਂ ਬਾਅਦ ਨਾ ਇੱਕ ਆਪਣਾ ਹਾਫਜ਼ ਕੈਸਰ ਸਾਹਿਬ ਦਾ ਕਮੈਂਟ ਆਇਆ ਸੀ ਕਹਿੰਦੇ ਜੀ ਤੁਹਾਡੇ ਸ਼ੋਲਡਰ ਦੀ ਇੰਜਰੀ ਹੋਈ ਸੀ ਉਹ ਤੁਸੀਂ ਕਿੱਦਾਂ ਰਿਕਵਰ ਕੀਤੀ ਆ ਜਵਾਬ ਜੂ ਭਾਅ ਜੀ ਉਹਨਾਂ ਨਾਲ ਮੇਰੀ ਹੋ ਗਈ ਸੀ ਗੱਲ ਉਹਨਾਂ ਨੂੰ ਮੈਂ ਦੱਸਤਾ ਸੀ ਉਹ ਕਰ ਲੈਂਦੇ ਆਪਾਂ ਇਨਸ਼ਾਅੱਲਾ ਕਲੀਅਰ ਅੱਛਾ ਹਾਂ ਭਾਈ ਹੁਣਾਂ ਦਾ ਸੱਟ ਲੱਗੀ ਮੋਢੇ 'ਤੇ ਉਹ ਕਰ ਲੈਂਦੇ ਇਨਸ਼ਾਅੱਲਾ ਅੱਲਾ ਪਾਕ ਸ਼ਫਾ ਦੇਣ ਵਾਲਾ ਯਾਰ ਬੰਦਾ ਕਿਸੇ ਨੂੰ ਸ਼ਾਇਦ ਚੰਗੀ ਦੱਸ ਦੇ ਕਿਹੜਾ ਉੱਥੇ ਸਹੀ ਜੀ ਫਿਰ ਕੁਛ ਚੱਲ ਜਾਣਾ ਹੈ ਨਾ ਅਤੇ ਕੋਈ ਨਹੀਂ ਉਹ ਭਾਈ ਹੁਣਾਂ ਨਾਲ ਹੋਈ ਸੀ ਗੱਲ ਹਾਫਸਾ ਬਣਾਉਣਾ ਅਤੇ ਇਨਸ਼ਾਅੱਲਾ ਕਰ ਲੈਂਦੇ ਹਾਂ ਕਲੀਅਰ ਰੰਧਾਵਾ ਡਾਇਟ ਖਾ ਰਿਹਾ ਵਾ ਨਹੀਂ ਵਿੱਚ ਪਾਈ ਆ ਜੀ ਇਹ ਦੋ ਦਰਜਨਾਂ ਕੇਲੇ ਦੀਆਂ ਖਾ ਕੇ ਤਾਂ ਬਾਈ ਟ੍ਰੇਨਿੰਗ ਕਿੱਦਾਂ ਹੁੰਦੀ ਤੋਂ ਬਾਅਦ ਐਨਰਜੀ ਲੈਂਦਾ ਭਾਈ ਅੱਛਾ ਬੜੀ ਅੱਛੀ ਚੀਜ਼ ਆ ਸਹੀ ਹੈ ਮੈਂ ਕਿਹਾ ਤੂੰ ਭਰਾ ਆ ਭਰਾ ਹੀ ਰਹਿਣਾ ਲਾ ਦਿਓ ਕਰੋ ਅਤੇ ਆਹ ਮਿੱਠੇ ਘੁੰਮਣ ਦਾ ਭਾਈ ਆਹ ਕੈਮਰਾ ਔਨ ਹੋ ਗਿਆ ਮਿੱਠੂ ਠੀਕ ਆ ਅਤੇ ਆਹ ਭਰਾ ਆਹ ਬੋਲਣ ਡਿਆ ਮੈਂ ਵਿੱਚ ਭਰਾ ਆਇਆ ਤੂੰ ਆਪਣਾ ਚੰਨੀਆਂ ਤਲਾਵਾਂ ਦੇ ਵਿੱਚ ਮਿੱਠੂ ਘੁੰਮਣ ਆਪਣਾ ਭਰਾ ਜੀ ਅਤੇ ਆਪਣੀ ਜਿੱਦ ਜਾਣ ਅਤੇ ਆਪਣੇ ਨਾਲ ਬੇਭਾਈ ਪਿਆਰ ਕਰਦਾ ਹਕੀਕਤ ਗੱਲ ਆ ਅਤੇ ਇਨਸ਼ਾਅੱਲਾ ਆਪਾਂ ਸੋਮਵਾਰ ਤੋਂ ਪਹਿਲਾਂ ਆਪਣੇ ਭਰਾ ਕੋਲ ਪਹੁੰਚਣਾ ਇਹ ਉਹਦੇ ਨਾਲ ਵਾਅਦਾ ਹੋ ਗਿਆ ਮਿੱਠੂ ਆ ਸੁਣਨ ਡਿਆ ਬਾਈ ਕੈਮਰੇ ਚੱਲਣ ਡੀ ਗੱਲ ਲਾਊਡ ਸਪੀਕਰ ਕਰਕੇ ਮੁੰਡੇ ਆਵਾਜ਼ ਵੀ ਰਿਕਾਰਡ ਕਰਾ ਦੋ ਹਾਂ ਅੱਲਾ ਖੈਰ ਠੀਕ ਆ ਭਰਾ ਲਓ ਜੀ ਉਹ ਮਿੱਠੂ ਘੁੰਮਣ ਸੀ ਆਪਣਾ ਭਰਾ ਅਤੇ ਕੋਈ ਗਿਲੇ ਸ਼ਿਕਵੇ ਹੈਗੇ ਸੀ ਮੋਗੇ ਆ ਅਤੇ ਇਨਸ਼ਾਅੱਲਾ ਪਰਸੋਂ ਜਾਂ ਚੌਥ ਆਪਾਂ ਆਪਣੇ ਭਰਾ ਕੋਲ ਜਾ ਰਹੇ ਹਾਂ ਅਤੇ ਵਲੋਗ ਪਾਵਾਂਗੇ ਉਹ ਵੀ ਬਹੁਤ ਪਿਆਰ ਕਰਦਾ ਭਾਅ ਜੀ ਬੰਦਿਆਂ ਨੂੰ ਕਿਹਾ ਵੀ ਚੱਲੀਏ ਫਲਾਣੇ ਪਲੇਅਰ ਨੂੰ ਮਿਲਣ ਕਨੇਡਾ ਤੋਂ ਆਇਆ ਜੇ ਉਹ ਹੈ ਨਾ ਅਤੇ ਉਹਨੇ ਕਿਹਾ ਨਹੀਂ ਜਾਣਾ ਸਰ ਜਿਵੇਂ ਸ਼ਾਨੇ ਸਿਆਲ ਤੋਂ ਜਾਣਾ ਹੋਰ ਕਿਸੇ ਬੰਦੇ ਕੋਲ ਨਹੀਂ ਜਾਣਾ ਅਤੇ ਬੜੀ ਗੱਲ ਆ ਭਰਾ ਦਾ ਪਿਆਰ ਆ ਜੀ ਇਹ ਅੱਲਾ ਪਾਕ ਨੂੰ ਸਲਾਮਤ ਰੱਖੇ ਅਤੇ ਇਨਸ਼ਾਅੱਲਾ ਆਪਾਂ ਜਾ ਰਹੇ ਹਾਂ ਉਹਦੇ ਕੋਲ ਪਰਸੋਂ ਨੂੰ ਕੱਲ੍ਹ ਨੂੰ ਦਾ ਪਿੰਡ ਦਾ ਮੈਚ ਆ ਸੈਮੀਫਾਈਨਲ ਅਤੇ ਫਾਈਨਲ ਦੁਆ ਕਰੋ ਸਾਰੇ ਭਰਾ ਵੀ ਵਧੀਆ ਖੇਡੀਏ ਜਿੱਤੀਏ ਅੱਲਾ ਪਾਕ ਇੱਜ਼ਤ ਦੇਵੇ ਅੱਲਾ ਪਾਕ ਸਾਰਿਆਂ ਨੂੰ ਸੱਟ ਚੋੜ ਤੋਂ ਬਚਾਏ ਅਤੇ ਉਸ ਤੋਂ ਅਗਲੇ ਦਿਨ ਮਿੱਠੂ ਘੁੰਮਣ ਕੋ ਬਹਿ ਕੇ ਗੱਪਾਂ ਛੱਪਾਂ ਹੋਣਗੀਆਂ ਉਹਦੇ ਪਿਆਰ ਦਾ ਇਜ਼ਹਾਰ ਜਿਹੜਾ ਉਹ ਪਿਆਰ ਕਰਦਾ ਉਹ ਤੁਹਾਨੂੰ ਆਪਣੀ ਜ਼ਬਾਨੀ ਦੱਸੇਗਾ ਇਨਸ਼ਾਅੱਲਾ ਅਤੇ ਬਾਕੀ ਆਇਤ ਮੰਗਦੇ ਹਾਂ ਭਰਾਵਾਂ ਕੋਲੋਂ ਲਵ ਯੂ ਮੇਰੇ ਵੱਲੋਂ ਭਰਾਵਾਂ ਸਾਰਿਆਂ ਨੂੰ ਅੱਲਾ ਪਾਕ ਸਲਾਮਤ ਰੱਖੇ ਜੀ ਅਤੇ ਸਪੋਰਟ ਕਰਦੇ ਰਿਹਾ ਕਰੋ ਥੈਂਕ ਯੂ ਅੱਲਾ ਹਾਫਿਜ਼